Lata diyen, doğçi tate kılavkena pıtmaşan dezgahım gündüyce. Cana cana teki... Assalamu alaikum nazirin, ben Tarak Sani, tüsi bekliyo, mera channel Rabber Entertainment Plus. Aaj tuhadi khidmat vich main hasbe mamool do filmaan lai ke aa rahe hain. Ek film Sultan Rai di te ek film Yusuf Khan di. Jehdi Sultan Rai di film lai ke main tuhadi khidmat vich hazir ho rahe hain. Us film da naam hai Ziddi Veer. September 1982 Biroz Mangal Eid ul Adha de mauke te release hon wali ek black and white Punjabi film. ਇਹ ਫਿਲਮ ਕਮਯਾਬ ਹੈ। ਇਸ ਫਿਲਮ ਦਾ ਟਾਈਟਲ ਰੋਲ ਅਦਾਕਾਰ ਸੁਲਤਾਨ ਰਾਈ ਨੇ ਅਦਾ ਕੀਤਾ ਹੈ। ਅਦਾਕਾਰ ਸੁਲਤਾਨ ਰਾਈ, ਮੁਮਤਾਜ਼, ਚਕੋਰੀ, ਕੈਫੀ, ਨੰਨਾ, ਅਲਿਆਸ ਕਸ਼ਮੀਰੀ ਅਤੇ ਨਸਰੁੱਲਾ ਭੱਟ। ਹਦਾਇਤ ਸੈਯਦ ਜ਼ਹੂਰ ਹੁਸੈਨ ਗੁਲਾਨੀ, ਫਿਲਮਸਾਜ਼ ਮਨਜ਼ੂਰ ਹੁਸੈਨ, ਮੌਸੀਕੀ ਸਦੀਕ ਅਖਤਰ ਅਤੇ ਮੁਸੰਨਿਫ ਇਮਤਿਆਜ਼ ਕੁਰੇਸ਼। ਨਾਜ਼ਰੀਨ, ਸੁਲਤਾਨ ਰਾਈ ਨੇ ਇਸ ਫਿਲਮ ਵਿੱਚ ਟਾਈਟਲ ਰੋਲ ਅਦਾ ਕੀਤਾ ਹੈ। ਚਕੋਰੀ ਨੇ ਇਸ ਫਿਲਮ ਵਿੱਚ ਇੱਕ ਵਾਈਫ ਦਾ ਰੋਲ ਅਦਾ ਕੀਤਾ ਹੈ ਤੇ ਉਹਦਾ ਨਾਮ ਛੰਮੋ ਹੁੰਦਾ ਹੈ। ਉਹ ਜ਼ਰੂਰ ਉਸ ਗੁਨਾਹਾਂ ਦੀ ਦੁਨੀਆ 'ਚ ਵਾਪਸ ਗਈ ਹੋਵੇਗੀ, ਪਰ ਮੈਨੂੰ ਇਸ ਰੱਬ ਦੀ ਸੋਹਣੇ ਮੈਂ ਆਪਣੀ ਆਨ ਤੇ ਖੈਰਤ ਕੁਰਬਾਨ ਕਰਕੇ ਉਹਨੂੰ ਵਾਪਸ ਜ਼ਰੂਰ ਲਿਆਵਾਂਗਾ। ਛੰਮੋ ਕੋਠਾ ਛੋੜ ਕੇ ਸ਼ਰੀਫ ਬਣ ਕੇ ਰਹਿਣਾ ਚਾਹੁੰਦੀ ਹੈ, ਲੇਕਿਨ ਇਹ ਮਾਸ਼ਰਾ ਉਹਨੂੰ ਕਬੂਲ ਨਹੀਂ ਕਰਦਾ ਤੇ ਉਹ ਵਾਪਸ ਕੋਠੇ 'ਤੇ ਚਲੀ ਜਾਂਦੀ ਹੈ। ਸੁਲਤਾਨ ਰਾਈ ਨੂੰ ਉਹ ਆਪਣਾ ਵੀਰ ਕਹਿੰਦੀ ਹੈ, ਲੇਕਿਨ ਸੁਲਤਾਨ ਰਾਈ ਵੀ ਉਹਨੂੰ ਭੈਣ ਬਣਾਉਣ ਤੋਂ ਇਨਕਾਰ ਕਰ ਦਿੰਦਾ ਹੈ। ਨਾਜ਼ਰੀਨ, ਇਸ ਫਿਲਮ ਵਿੱਚ ਚਕੋਰੀ ਨੇ ਨਿਹਾਇਤ ਹੀ ਸ਼ਾਨਦਾਰ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਉਸਦੀ ਡਾਇਲੋਗ ਡਿਲੀਵਰੀ, ਉਸਦਾ ਕੰਮ ਦੇਖ ਕੇ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ। ਔਰ ਨਾਜ਼ਰੀਨ, ਇਸ ਫਿਲਮ ਨੂੰ MM ਪ੍ਰੋਡਕਸ਼ਨ ਨੇ ਰਿਲੀਜ਼ ਕੀਤਾ ਹੈ। ਅਤੇ ਦੂਜੀ ਫਿਲਮ ਜਿਹੜੀ ਮੈਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਅਮੀਰ ਤੇ ਗਰੀਬ। April 21, 1978 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਪੰਜਾਬੀ ਬਲੈਕ ਐਂਡ ਵਾਈਟ ਫਿਲਮ। ਔਰ ਨਾਜ਼ਰੀਨ, ਤੁਹਾਨੂੰ ਇਹ ਫਿਲਮ ਯੂਟਿਊਬ 'ਤੇ ਨਹੀਂ ਮਿਲੇਗੀ। ਔਰ ਨਾਜ਼ਰੀਨ, ਇਸ ਫਿਲਮ ਨੂੰ ਵੀ ਇੱਕ ਸੋਸ਼ਲ ਮੌਜੂ 'ਤੇ ਬੁਲਾਇਆ ਗਿਆ। ਅਦਾਕਾਰ ਯੂਸਫ ਖਾਨ, ਆਲੀਆ ਸਲੋਨੀ, ਅਸਦ ਬੁਖਾਰੀ ਅਤੇ ਅਦੀਬ। ਹਦਾਇਤ ਵਫਾ ਜਾਫਰੀ, ਫਿਲਮਸਾਜ਼ ਵਫਾ ਜਾਫਰੀ, ਮਿਊਜ਼ਿਕ ਤੁਫੈਲ ਫਾਰੂਕੀ, ਸ਼ਾਇਰ ਵਾਰਿਸ ਲੁਧਿਆਨਵੀ, ਬਸ਼ੀਰ ਖੋਖਰ, ਸਰਾਈ ਗੁਰਦਾਸਪੁਰੀ, ਵਫਾ ਅਸਦ ਜਾਫਰੀ, ਇਫਤਖਾਰ ਸ਼ਾਇਦ, ਗੁਲਕਾਰ ਨੂਰ ਜਹਾਨ, ਤਸਵਰ ਖਾਨਮ, ਅਫਸ਼ਾਂ ਅਤੇ ਮਸੂਦ ਰਾਣਾ। ਨਾਜ਼ਰੀਨ, ਤੁਹਾਨੂੰ ਇੱਕ ਵਾਰ ਫਿਰ ਦੱਸ ਦੇਵਾਂ ਕਿ ਇਹ ਫਿਲਮ ਤੁਹਾਨੂੰ ਯੂਟਿਊਬ 'ਤੇ ਨਹੀਂ ਮਿਲੇਗੀ, ਲੇਕਿਨ ਨਿਹਾਇਤ ਹੀ ਜ਼ਬਰਦਸਤ ਅੱਛੀ ਕਹਾਣੀ ਹੈ। ਯੂਸਫ ਖਾਨ ਨੇ ਬੜੀ ਅੱਛੀ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ।